ਵਿੱਚ ਤੁਹਾਡਾ ਸਵਾਗਤ ਹੈ ਹੁਣ ਹਰ ਖਬਰ ਤੁਹਾਡੇ ਤੱਕ ਅੱਜ 26 ਤਰੀਕ ਦੀ ਹੜਤਾਲ ਭਾਰਤ ਬੰਦ ਦੇ ਸੱਦੇ ਤੇ ਜਿਹੜੀ ਸਾਡੇ ਤਪੇ 5:55 ਤੇ ਇੰਟਰਸਿਟੀ ਤਪੇ ਤੋਂ ਆਉਂਦੀ ਹੈ ਉਹ ਬਠਿੰਡੇ ਤੇ ਆਈ ਇੱਥੇ ਰੋਕੀ ਗਈ ਰੇਲਵੇ ਸਟੇਸ਼ਨ ਤੇ ਸਾਡੀਆਂ ਤਪਾ ਮੰਡੀ ਦੀਆਂ ਸਮਾਜ ਸੇਵਾ ਜਿੰਨੇ ਵੀ ਕਮੇਟੀਆਂ ਨੇ ਉਹਨਾਂ ਨੇ ਇਹਨਾਂ ਦੀ ਸੇਵਾ ਕੀਤੀ ਔਰ ਇਹਨਾਂ ਨੂੰ ਇਹ ਵੀ ਗੱਲ ਕਿਹਾ ਯਾਤਰੀ ਨੂੰ ਵੀ ਅਗਰ ਤੁਹਾਨੂੰ ਕਿਸੇ ਚੀਜ਼ ਦੀ ਤਕਲੀਫ ਹੋਈ ਅਸੀਂ ਉਹਦਾ ਵੀ ਪ੍ਰਬੰਧ ਕਰਾਂਗੇ ਸ਼ੂਗਰ ਦੀ ਪੇਸ਼ੈਂਟ ਮੈਂ ਹਾਰਟ ਦੀ ਪੇਸ਼ੈਂਟ ਹਾਂ ਪੰਪ ਮੇਰਾ ਕੰਮ ਨਹੀਂ ਕਰਦਾ ਔਰ ਮੈਨੂੰ BP ਵੀ ਹਾਈ ਰਹਿੰਦਾ ਇਸ ਤਰ੍ਹਾਂ ਦੀ ਹਾਲਤ ਦੇ ਵਿੱਚ ਮੈਂ ਟ੍ਰੇਨ 'ਚ ਬੈਠੀਆਂ ਸਾੜੀਆਂ ਨੇ ਟਿਕਟਾਂ ਬੁੱਕ ਕਿਉਂ ਕੀਤੀਆਂ ਅਗਰ ਇਹਨਾਂ ਨੂੰ ਪਤਾ ਸੀ ਵੀ ਟ੍ਰੇਨ ਨਹੀਂ ਚੱਲਣੀ ਤਾਂ ਕਿਸੇ ਕੱਲ੍ਹ ਹੀ ਬੁੱਕ ਕਰਾਈ ਟਿਕਟ ਇਹਨਾਂ ਨੇ ਟਿਕਟ ਨਹੀਂ ਬੁੱਕ ਕਰਨੀ ਸੀ 2 ਮਹੀਨੇ ਪਹਿਲਾਂ ਦੀ ਸਾਡੀ MP ਦੀ ਟਿਕਟ ਬੁੱਕ ਹੈ ਅਤੇ ਜੇ ਮੈਂ ਇਸ ਤਰ੍ਹਾਂ ਦੀ ਹਾਲਤ ਦੇ ਵਿੱਚ ਇੱਥੇ ਕੋਈ ਇਲਾਜ ਨਹੀਂ ਕੋਈ ਦੁੱਖ ਸੁੱਖ ਦਾ ਕੋਈ ਪਤਾ ਨਹੀਂ ਕੀ ਹੋ ਜਾਵੇ ਕਿਸ ਟਾਈਮ ਅਤੇ ਮੇਰਾ ਕੌਣ ਇੱਥੇ ਵਾਲੀ ਵਾਰਸ ਹੈ ਅਸੀਂ ਤਾਂ ਬੁੜੀਆਂ ਹੈਗੀਆਂ ਅਤੇ ਜਾ ਕੇ ਅਸੀਂ ਕਿੱਥੇ ਹੁਣ MP ਪਹੁੰਚਣਾ ਤਾਂ ਅਸੀਂ ਕੀ ਕਰੀਏ ਇੱਥੇ ਰੁਲ ਗਏ ਰਾਹ ਦੇ ਵਿੱਚ ਇਹਨਾਂ ਨੂੰ ਮੋਦੀ ਸਰਕਾਰ ਨੂੰ ਕਰਨਾ ਚਾਹੀਦਾ ਕਿ ਕਿਸਾਨਾਂ ਦਾ ਫੈਸਲਾ ਕਰਨ ਅਤੇ ਸਾਨੂੰ ਇਹ ਟ੍ਰੇਨਾਂ ਨੂੰ ਇਸ ਤਰ੍ਹਾਂ ਬੰਦ ਕਰ ਕਰਕੇ ਸਾਰੀ ਜਨਤਾ ਨੂੰ ਕਿਉਂ ਦੁਖੀ ਕਰਦੇ ਆ ਇਹਨਾਂ ਨੂੰ ਸੰਭਾਲਣਾ ਚਾਹੀਦਾ ਅਤੇ ਜੇ ਸਾਨੂੰ ਇਸ ਟੋਰਨ ਜਾਂ ਤਾਂ ਸਾਡੀ ਟ੍ਰੇਨ ਨੂੰ ਜਾਂ ਅੱਗੇ ਪਹੁੰਚਾਉਣ ਸਾਨੂੰ ਅਗਲੀ ਟ੍ਰੇਨ ਸਾਡੀ ਚੱਲਣ ਵਾਲੀ 2 ਮਹੀਨੇ ਪਹਿਲਾਂ ਦੀ ਅਸੀਂ ਟਿਕਟਾਂ ਕਰਾਈ ਕਿਸਾਨਾਂ ਨੇ ਗੱਡੀ ਨਹੀਂ ਰੋਕੀ ਸਰਕਾਰ ਨੇ ਰੁਕਵਾਈ ਹੈ ਕਿਸਾਨਾਂ ਨੇ ਕਿਉਂ ਰੋਕੀ ਕਿਸਾਨ ਤਾਂ ਹੀ ਵਿਚਾਰੇ ਦੁਖੀ ਹੁੰਦਿਆਂ ਨੇ ਰੋਕੀ ਹੈ ਅਤੇ ਪਹਿਲਾਂ ਮੋਦੀ ਨੇ ਸਰਕਾਰ ਨੇ ਕਿਉਂ ਰੋਕੀ ਕਿਉਂ ਰੋਕਿਆ ਵੀ ਇਹਨਾਂ ਨੂੰ ਕਿਉਂ ਇਹਨਾਂ ਦੇ ਫੈਸਲੇ ਨਹੀਂ ਕਰਦੇ ਕਿਸਾਨਾਂ ਨੇ ਨਹੀਂ ਰੋਕੀ ਹੈ ਗੱਡੀ ਤਾਂ ਹਾਲਤ ਹੀ ਕੋਈ ਨਹੀਂ ਅਸੀਂ ਤਾਂ 3 ਪੇਸ਼ੈਂਟ ਹੈਗੀਆਂ ਤਿੰਨੋਂ ਦੀਆਂ 3 ਇੱਥੇ ਬੈਠੀਆਂ ਪੀੜਤ ਰੇਲਵੇ ਵੱਲੋਂ ਕੋਈ ਮੈਡੀਕਲ ਸਹੂਲਤ ਦਿੱਤੀ ਗਈ ਹੈ ਕੋਈ ਰੇਲਵੇ ਵੱਲੋਂ ਆ ਕੇ ਕਿਸੇ ਨੇ ਪੁੱਛਿਆ ਸਾਨੂੰ ਵੀ ਆ ਕੇ ਅਸੀਂ ਕੋਈ ਤੁਹਾਡਾ ਇਲਾਜ ਕਰਨੇ ਆ ਜਾਂ ਕੁਛ ਆ ਤਪੇ ਮੰਡੀ ਦੀ ਜਿਹੜੀ ਵਿਚਾਰੀ ਜਨਤਾ ਹੈ ਉਹ ਲਿਆ ਕੇ ਸਾਨੂੰ ਚਾਹ ਪਿਆ ਗਈ ਨਹੀਂ ਤਾਂ ਅਸੀਂ ਚਾਹ ਤੋਂ ਹੀ ਬੈਠੇ ਰਹਿੰਦੇ ਤੁਹਾਨੂੰ ਇਹਨਾਂ ਨੂੰ ਕਰਨਾ ਚਾਹੀਦਾ ਕੁਛ ਸਾਨੂੰ ਪਹੁੰਚਾਉਣ ਉੱਥੇ ਉਸ ਟ੍ਰੇਨ ਦੇ ਉੱਤੇ ਜਿਹੜੀ ਹੈਗਾ ਸਾਡੀ ਜਾਣ ਵਾਲੀ ਹੈ ਕੀ ਨਾਮ ਹੈ ਤੁਹਾਡਾ ਜੀ ਮੇਰਾ ਸਵਰਨਾ ਰਾਣੀ ਮੁਕਤਸਰ ਤੋਂ ਆਈ ਹਾਂ ਮੈਂ ਚੱਲੇ ਸੀ ਵੀਰ ਜੀ ਅਤੇ ਅਸੀਂ ਹੁਣ ਇੱਥੇ ਫਸ ਗਏ ਰਸਤੇ 'ਚ ਸਾਡੀ ਦਿੱਲੀ ਦੀ ਟ੍ਰੇਨ ਸੀ ਦਿੱਲੀ ਜਾਣਾ ਸੀਗਾ ਅਸੀਂ ਰਾਤ ਨੂੰ ਸਾਡੀ ਟਿਕਟ ਬੁੱਕ ਹੋ ਗਈ ਸੀਗੀ ਔਨਲਾਈਨ ਅਤੇ ਹੁਣ ਸਾਨੂੰ ਪਰੇਸ਼ਾਨੀ ਹੋਈ ਜਾਂਦੀ ਹੈ ਪਰ ਉਹ ਸਾਨੂੰ ਖਾਣ ਪੀਣ ਦੀ ਕੋਈ ਕਮੀ ਨਹੀਂ ਇਹਨਾਂ ਨੇ ਚਾਹ ਵੀ ਦਿੱਤੀ ਹੈ ਹੋਰ ਬ੍ਰੈਡ ਬਰਫੀ ਬੁਰਫੀ ਸਾਰਾ ਕੁਝ ਦਿੱਤਾ ਦਿੱਕਤ ਨਹੀਂ ਵੀਰ ਜੀ ਸ਼ਾਮ ਨੂੰ 6 ਵਜੇ ਚੱਲੂਗੀ ਉਹ ਤੱਕ ਬੈਠੇ ਹੈ ਬੱਚੇ ਵੀ ਸਾਡੇ ਨਾਲ ਤੰਗ ਹੋਈ ਜਾਂਦੇ ਆ ਠੀਕ ਹੈ ਜੀ ਮੈਂ ਬਠਿੰਡਾ ਸੇ ਚਲੀ ਥੀ ਔਰ ਅਬ ਯਹਾਂ ਪੇ ਸੇ 50 ਕਿਲੋਮੀਟਰ ਬਠਿੰਡਾ ਸੇ ਆਗੇ ਆ ਕੇ ਹਮੇ ਇਤਨਾ ਲੰਬਾ ਸਫ਼ਰ ਤੈਅ ਕਰਨਾ ਹੈ UP ਤੱਕ ਕਾ ਔਰ ਯਹਾਂ 12 ਘੰਟੇ ਕਾ ਬ੍ਰੇਕ ਹੋਗਾ ਇਤਨਾ ਲੰਬਾ ਮਤਲਬ ਹਮ ਟਾਈਮ ਮੈਨੇਜਮੈਂਟ ਵੀ ਨਹੀਂ ਕਰ ਪਾ ਰਹੇ ਹੈ ਆਪਣੇ ਹਿਸਾਬ ਸੇ ਅਬ ਕੈਸੇ ਮਤਲਬ ਇਤਨੀ ਪਰੇਸ਼ਾਨੀ ਕੋ ਸਾਹਮਣਾ ਕਰਨਾ ਪੜ ਰਹਾ ਹੈ ਹਮੇ ਹਮ ਕਿਤਨਾ ਲੇਟ ਹੋ ਜਾਏਂਗੇ ਕਿਸ ਟਾਈਮ ਪਹੁੰਚੇਂਗੇ ਇਤਨੀ ਪ੍ਰੋਬਲਮ ਫੇਸ ਕਰਨੀ ਪੜੇਗੀ ਹਮੇ ਹਮਾਰੇ ਸਾਥ ਕੋਈ ਔਰ ਹੈ ਵੀ ਨਹੀਂ ਹਮ ਕਿਸੇ ਕਹਿ ਸਕਤੇ ਹੈ ਯਹਾਂ ਪੇ ਤੋ ਕੋਈ ਸਪੋਰਟ ਕਰਨੇ ਕੇ ਲੀਏ ਹੈ ਵੀ ਨਹੀਂ तो हम सरकार से ही विनती करेंगे कि वो यहाँ की मांगें पूरी करें जैसे भी हो सकता है हमें मतलब ये ट्रेन वगैरह चालू करवाए ट्रेन तो वैसे इन्होंने किसान जत्थेबंदी तो वैसे ही समर्थन करते जिहड़े ने ट्रेन रोके ना बहुत माड़ा काम किया इहदे विच ना बहुत यात्री परेशान हो रहे असि इन्ना हो रहे अज मेरा अख का ऑपरेशन सीगा मैनू डॉक्टर साहब ने 3 बजे का टाइम दिता सीगा ते अज असि इत्थे बैठे मैनू इस अख सज्जी अख तो दिख साडी ते ਹੁਣ ਅਸੀਂ ਕਿੱਥੇ ਉਦੋਂ ਡਾਕਟਰ ਸਾਹਿਬ ਕੋਲ ਪਹੁੰਚ ਗਏ ਨਾ ਸਾਡੇ ਕੋਲ ਪਹੁੰਚਿਆ ਜਾਂਦਾ ਡਾਕਟਰ ਸਾਹਿਬ ਕੋਲ ਉਹਨੇ ਸਾਨੂੰ ਅੱਜ 3 ਵਜੇ ਸੱਦਿਆ ਸੀਗਾ ਫਿਰ ਮੈਂ ਸਾਰੀਆਂ ਦਵਾਈਆਂ ਦੁਨੀਆਂ ਰਿਪੋਰਟਾਂ ਫਟਾ ਆ ਸਾਰੀਆਂ ਮੇਰੇ ਕੋਲ ਅੱਖਾਂ 'ਚ ਮੈਂ ਪਾਈ ਜਾ ਰਿਹਾ ਸਾਜੀ ਅੱਖ ਦੇ ਵੀ ਮੈਨੂੰ ਦਿੱਕਤ ਨਹੀਂ ਜਿਹੜੇ ਮੇਰਾ ਨਾਂ ਦਰਸ਼ਨ ਲਾਲ ਹੈ ਜੀ ਕਿੱਥੇ ਚੱਲੇ ਜੀ ਮੈਂ ਫਰੀਦਕੋਟ ਤੋਂ ਚੱਲਿਆ ਜੀ ਅਸੀਂ ਕੋਟਕਪੁਰੋਂ ਗੱਡੀ ਫੜੀ ਸੀ ਸਵੇਰੇ 3:30 ਜੀ ਹਮ ਬਠਿੰਡਾ ਸੇ ਚਲੇ ਥੇ ਹਮੇਂ ਨਈ ਦਿੱਲੀ ਜਾਣਾ ਥਾ ਜੀ ਇਹ मतलब केंद्र सरकार के नियमों की वजह से जो किसान आंदोलन है इसकी वजह से जो आम जनता और हम सब को काफ़ी परेशानी महसूस हो रही है तो हम चाहते हैं कि सरकार जल्दी से जल्दी किसानों की मांग पूरी करे और अपने इस आंदोलन को वापस ले सर हम यहाँ मुक्तसर से चले थे और सहारनपुर के लिए चले थे और जो कि पूरी सर्विस थी इसकी और इमरजेंसी के कारण ये यहाँ पर तापे में रुक गई जिसका हमें बहुत परेशानी सामना करना पड़ रहा है परेशानियों का और जो केंद्र सरकार से हमारी मोदी सरकार से अपील है कि जो किसानों की मांगें उनको पूरा करें उनके चक्कर में हम भी परेशान होते हैं जो फालतू की बातें ये तो सब बंद होनी चाहिए
तो अब और भी पब्लिक बहुत ज़्यादा परेशान हो रही है, सब परेशान है। अब बताओ पूरी ट्रेन यहाँ रुकी, 12 घंटे का सफ़र है, भूखे प्यासे यहाँ कुछ है नहीं, सारा शहर बंद है, पूरा शहर बंद है। अब यहाँ पे कुछ ना, जो यहाँ की पब्लिक है उनमें हमारी कुछ मदद कर रहे हैं, खाने पीने के लिए भेज रहे हैं, नहीं तो यहाँ पे सारा शहर बंद है सब कुछ। हाँ जी, ये जिहड़ा अज दा भारत दा सद्दा संयुक्त मोर्चे वल्लों भारत सरकार ते दबाव बनाउण वास्ते, लोकां नूं तेज इतरार करन वास्ते, क्योंकि जिन्ना चिर लोग इस संघर्ष नूं पूरा तेज नहीं करदे उन्ना चिर मोदी सरकार नूं इह भुलेखे ने कि मैं इस तरह ही चला जूँगा। पर असीं इह समझदे आं कि अज दी घड़ी च लोग इस राह ते आ गए ने, इस शिद्दत नाल लड़ रहे ने कि कानून वापस करावांगे ते करने पैणे आ। ਅੱਜ ਤੁਸੀਂ ਇੱਥੇ ਆਏ ਸੀ, ਟ੍ਰੇਨ ਆਉਣ ਦਾ ਟਾਈਮ ਸੀ, ਟ੍ਰੇਨ ਰੋਕਣ ਦੀ ਗੱਲ ਕੀਤੀ ਗਈ ਸੀ, ਪਰ ਕੀ ਬਣਿਆ ਜੀ? ਅੱਜ ਦੇਖੋ 6:05 'ਤੇ ਟ੍ਰੇਨ ਨੇ ਆਉਣਾ ਸੀ ਇੱਥੇ, ਅਸੀਂ ਇੱਥੇ 5:30 ਅਤੇ 5:45 ਦੇ ਵਿੱਚ ਹੀ ਇੱਥੇ ਕੰਪਲੀਟ ਇਕੱਠੇ ਹੋ ਗਏ ਹਾਂ। ਅਤੇ ਜਦੋਂ ਸਾਡੇ ਇਸ ਇਕੱਠ ਨੂੰ ਦੇਖਿਆ, ਬਠਿੰਡੇ ਤੋਂ ਟ੍ਰੇਨ ਤੋਰੀ ਗਈ, ਪਰ ਜਿਹੜੀ ਇੰਟਰਸਿਟੀ ਹੈ ਉਹਨੂੰ ਤਪੇ ਹੀ ਰੋਕਿਆ ਗਿਆ। ਲੋਕਾਂ ਦੇ ਇਸ ਸੰਘਰਸ਼ ਨੂੰ ਦੇਖਦੇ, ਲੋਕਾਂ ਦੇ ਇਸ ਰੋਹ ਨੂੰ ਦੇਖਦੇ ਹੋਏ ਦੇਖ ਆਪਣੇ ਸਾਹਮਣੇ ਹੈ ਕਿ ਸਰਕਾਰ ਬਲਤੇ ਸਲਦੀ ਨੀਤੀ ਵਰਤਦੀ ਹੋਈ, ਪਰ ਫਿਰ ਵੀ ਸਾਡੇ ਇਹਨਾਂ ਲੋਕਾਂ ਤੋਂ ਡਰ ਰਹੀ ਹੈ ਕਿ ਅੱਜ ਮੋਦੀ ਦਾ ਕਾਨੂੰਨ ਨਹੀਂ ਚੱਲਿਆ ਸਾਰੇ ਭਾਰਤ ਦੇ ਵਿੱਚ, ਅੱਜ ਲੋਕਾਂ ਦਾ ਕਾਨੂੰਨ ਚੱਲ ਰਿਹਾ, ਲੋਕਾਂ ਦਾ ਨਾਅਰਾ ਚੱਲ ਰਿਹਾ ਕਿ ਸਾਰੇ ਭਾਰਤ ਦੇ ਵਿੱਚ ਰੇਲਾਂ ਬੰਦ ਹੋਣਗੀਆਂ। ਬਿਲਕੁਲ ਬਿਲਕੁਲ ਜੀ, ਇੱਦੋਂ ਪਹਿਲਾਂ 6 ਸਾਰੇ ਨਾਕੇ, ਮਤਲਬ ਕਿ ਨਾਕੇ ਲੱਗ ਚੁੱਕੇ ਨੇ, ਜਿੰਨੀ ਟ੍ਰੈਫਿਕ ਹੈ, ਰੋਡ ਟ੍ਰੈਫਿਕ ਹੈ, ਰੇਲਵੇ ਟ੍ਰੈਫਿਕ ਹੈ, ਸਭ ਕੁਝ ਜਾਮ ਕਰ ਦਿੱਤੀ ਗਈ ਹੈ। ਕਿ ਜਿਵੇਂ ਕਿ ਬਰਨਾਲਾ ਦੇ ਵਿੱਚ ਅਸੀਂ ਹੁਣ ਖੜ੍ਹੇ ਹੈਗੇ, ਇਹ 6 ਤੋਂ ਪਹਿਲਾਂ 6 ਨੂੰ ਇਹ ਨਾਕਾ ਲੱਗ ਚੁੱਕਿਆ ਹੈਗਾ। ਜਿਹੜੀ ਟ੍ਰੇਨ ਹੈ ਸਾਨੂੰ ਮਤਲਬ ਕਿ ਉਹਦੀ ਇਨਫੋਰਮੇਸ਼ਨ ਮਿਲ ਚੁੱਕੀ ਹੈ, ਕਿਉਂਕਿ ਸਾਡੀਆਂ ਜਥੇਬੰਦੀਆਂ ਨੇ ਉਹ ਤਪੇ ਘੇਰ ਲਈ ਗਈ ਹੈ, ਕਿਉਂਕਿ ਸਰਕਾਰ ਦੀ ਜਿਹੜੇ ਕੰਨ 'ਤੇ ਕੋਈ ਜੂ ਨਹੀਂ ਸਰਕੀ ਸੀ ਵੀ ਕੱਲ੍ਹ ਨੂੰ 6 ਤੋਂ 6 ਤੱਕ ਦਾ ਜਿਹੜਾ ਹੈਗਾ ਇਹ ਇਹਨਾਂ ਦਾ ਮਤਲਬ ਧਰਨਾ ਵਿਚਾਰਾ ਚੱਲੇਗਾ, ਟ੍ਰੈਫਿਕ ਜਾਮ ਹੈਗੀ, ਪਰ ਉਹਨਾਂ ਨੇ ਟ੍ਰੇਨ ਫਿਰ ਵੀ ਚਲਾਉਣ ਦੀ ਕੋਸ਼ਿਸ਼ ਕੀਤੀ ਹੈਗੀ ਅਤੇ ਤਪੇ ਅਸੀਂ ਉਹਨੂੰ ਘੇਰ ਚੁੱਕੇ ਹੈਗੇ। ਅਤੇ ਜਿਹੜੇ ਹੈਗੇ ਨੇ ਨਾਕੇ ਬਰਨਾਲੇ ਦੇ ਵਿੱਚ, ਜਿਵੇਂ ਕਿ ਸਕੂਲ, ਕਾਲਜ ਸਭ ਕੁਝ ਬੰਦ ਨੇ, ਬੈਂਕਾਂ ਨੂੰ ਵੀ ਕਿਹਾ ਗਿਆ ਉਹ ਵੀ ਬੰਦ ਰੱਖਣਗੇ, ਸਮੁੱਚਾ ਬਰਨਾਲਾ ਬੰਦ ਹੈਗਾ, ਕਿਤੇ ਵੀ ਇਕੱਲੀਆਂ ਜਿਹੜੀਆਂ ਐਮਰਜੈਂਸੀ ਸੇਵਾਵਾਂ ਨੇ ਉਹਨਾਂ ਨੂੰ ਛੱਡ ਕੇ ਸਭ ਕੁਛ ਇਸ ਵੇਲੇ ਟੋਟਲੀ ਬੰਦ ਹੈਗਾ। ਜਦੋਂ ਕਿ ਮਤਲਬ 6 ਨੂੰ ਹੋਰ ਧਰਨੇ ਵੀ ਲੱਗ ਚੁੱਕੇ ਨੇ, ਜਿਹੜੇ ਰੋਡ ਦੇ ਉੱਤੇ ਲਾਉਣੇ ਸੀ ਉੱਥੇ ਬਿਲਕੁਲ ਟ੍ਰੈਫਿਕ ਹੈ ਜਿਹੜਾ ਜਾਮ ਕਰ ਦਿੱਤਾ ਗਿਆ। ਸੰਯੁਕਤ ਮੋਰਚੇ ਵੱਲੋਂ ਅੱਜ ਦਾ ਭਾਰਤ 6 ਲੈ ਕੇ ਸ਼ਾਮ ਨੂੰ 6 ਤੱਕ ਬੰਦ ਕੀਤਾ, ਇਹਦਾ ਅਸਰ ਪੂਰਾ ਪੈਣਾ ਸਰਕਾਰ 'ਤੇ, ਕਿਉਂਕਿ ਪਹਿਲਾਂ ਜਿਹੜੇ ਮਤਲਬ 4 ਘੰਟੇ ਜਾਂ 5 ਘੰਟੇ ਬੰਦ ਹੋਇਆ, ਉਹਦਾ ਇਹ ਸਰਕਾਰ ਨੂੰ ਲੱਗਿਆ ਵੀ ਬੰਦ ਨਹੀਂ ਹੋਇਆ, ਪਰ ਅੱਜ ਸਾਰੇ ਦੇਸ਼ ਦੇ ਵਿੱਚ ਪੂਰਾ ਬੰਦ ਹੋਊਗਾ, ਜਿਹਦੇ ਨਾਲ ਕੇਂਦਰ ਦੀ ਸਰਕਾਰ ਦੇ ਜਿਹੜੇ ਭਾਈਵਾਲ ਨੇ, ਚਾਹੇ ਉਹ BJP ਦੇ ਮੰਤਰੀ ਆ, ਉਹਨਾਂ 'ਚ ਵੀ ਹਿਲਚਲ ਹੋਣੀ ਇਸ ਗੱਲ ਦੀ। ਇਸ ਲਈ ਇਸ ਘੋਲ ਦੀ ਜਿਹੜੀ ਹਮਾਇਤ ਆ, ਆਲ ਇੰਡੀਆ ਸਾਰੇ ਦੇਸ਼ ਦੀਆਂ ਟ੍ਰੇਡ ਯੂਨੀਅਨਾਂ ਜਿਹੜੇ ਲੰਬੇ ਸਮੇਂ ਤੋਂ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਲੜ ਰਹੀਆਂ ਸੀਆਂ, ਅੱਜ ਉਹ ਸੰਯੁਕਤ ਮੋਰਚੇ ਦੇ ਨਾਲ ਖੜ੍ਹੀਆਂ ਨੇ। ਇਹਦਾ ਪੂਰਾ ਅਸਰ ਪੈਣਾ ਗਾ ਆਉਣ ਵਾਲੇ ਥੋੜ੍ਹੇ ਦਿਨਾਂ ਦੇ ਵਿੱਚ, ਸਰਕਾਰ ਨੂੰ ਕੋਈ ਨਾ ਕੋਈ ਫੈਸਲਾ ਕਰਨਾ ਪੈਣਾ, ਨਹੀਂ ਸਰਕਾਰ ਇਹਦਾ ਖਮਿਆਜ਼ਾ ਭੁਗਤਣ ਲਈ ਤਿਆਰ ਹੈ। ਜਿਹੜੀ ਰੇਲ ਨੇ ਆਉਣਾ, ਉਹਨੇ 6 ਬਰਨਾਲੇ ਆਉਣਾ, ਅਸੀਂ ਬਰਨਾਲੇ ਦਾ ਸਟੇਸ਼ਨ ਤੁਹਾਡੇ ਸਾਹਮਣੇ ਆ ਰੁਕਿਆ ਹੋਇਆ, ਅਤੇ ਸਾਨੂੰ ਇਨਫੋਰਮੇਸ਼ਨ ਜ਼ਰੂਰ ਮਿਲ ਗਈ ਕਿ ਗੱਡੀ ਕੈਂਸਲ ਨਹੀਂ ਕੀਤੀ, ਤਪੇ ਰੋਕ ਦਿੱਤੀ ਗਈ ਤਾਂ ਵੀ ਨਹੀਂ, ਜੇ ਗੱਡੀ ਆਉਂਦੀ ਹੈ ਅਸੀਂ ਕਰਵਾਉਂਦੀਆਂ ਕਰਾਂਗੇ, ਮੂਹਰੇ ਬੈਠਾਂਗੇ, ਗੱਡੀ ਅੱਗੇ ਨਹੀਂ ਲੰਘਣ ਦੇਵਾਂਗੇ। ਤਪੇ ਵੀ ਸਾਡੇ ਇਸ ਤਾਕਤ ਨੇ ਰੋਕੀ ਹੈ। ਪੂਰਾ ਬਰਨਾਲਾ ਸ਼ਹਿਰ ਅੱਜ ਬੰਦ ਹੈ, ਪੂਰਾ ਭਾਰਤ ਬੰਦ ਹੈ, ਹਰ ਥਾਂ ਦੇਸ਼ ਦੇ ਵਿੱਚ ਲੋਕਾਂ 'ਚ ਪੂਰਾ ਬੰਦ ਦਾ ਉਤਸ਼ਾਹ ਹੈ। ਸਾਫ਼ ਹੈ ਕਿ ਜਿੰਨਾ ਚਿਰ ਖੇਤੀ ਦੇ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ, ਜਿੰਨਾ ਚਿਰ ਸਰਕਾਰ ਇਹ ਵਾਪਸ ਨਹੀਂ ਲੈਂਦੀ, ਭਾਵੇਂ ਉਹਦੀ ਹਿੰਮਤ ਨਹੀਂ ਪਈ ਕਿ 1 ਕਰੋੜ ਰੁਪਇਆ ਜੁਰਮਾਨਾ ਕਰਨ ਵਾਸਤੇ ਕੇਸ ਦਰਜ ਕਰਦੇ ਜਾਂ 5 ਲਈ ਸਜ਼ਾ ਵਾਸਤੇ ਕੇਸ ਦਰਜ ਕਰਦੇ, 1 ਵੀ ਕੇਸ ਦਰਜ ਨਹੀਂ ਹੋਇਆ, ਤਾਂ ਸਰਕਾਰ ਕੀ ਸਮਝਦੀ ਆਪਦੇ ਆਪ ਨੂੰ? ਸੋ ਇਹ 3 ਖੇਤੀ ਕਾਨੂੰਨ, ਉਹ ਕਾਨੂੰਨ ਬਿਜਲੀ ਬਿੱਲ 2020, ਇਹ ਰੱਦ ਕਰਾਏ ਬਿਨਾਂ ਨਾ ਅਸੀਂ ਸਾਹ ਲੈਣਾ, ਨਾ ਮੋਦੀ ਨੂੰ ਜਾਂ ਇਹਦੀ ਸਰਕਾਰ ਨੂੰ ਜਾਂ ਭਗਵਾਂ ਪਾਰਟੀ ਨੂੰ ਸਾਹ ਲੈਣ ਦੇਣਾ। ਕਿਤੇ ਵੀ ਕੋਈ ਰੈਲੀ ਨਹੀਂ ਕਰਨ ਦੇਵਾਂਗੇ, ਕੋਈ ਮੁਜ਼ਾਹਰਾ ਨਹੀਂ ਕਰਨ ਦੇਵਾਂਗੇ। ਤੁਸੀਂ ਪੰਜਾਬ 'ਚ ਇਹਦਾ ਹਾਲ ਚੋਣਾਂ 'ਚ ਦੇਖ ਲਿਆ, ਐਵੇਂ ਜਿਵੇਂ ਸਾਰੇ ਦੇਸ਼ 'ਚ ਇਹਦਾ ਚੋਣਾਂ ਦਾ ਹਾਲ ਕਰਾਂਗੇ। ਅਤੇ ਵੈਸਟ ਬੰਗਾਲ ਦੇ ਵਿੱਚ ਸਾਡੀ ਪੂਰੀ ਆਗੂ ਟੀਮ ਉੱਥੇ ਜਾ ਕੇ ਆਈ ਹੈ, ਲੋਕਾਂ ਨੇ, ਲੱਖਾਂ ਲੋਕਾਂ ਨੇ ਹੁੰਗਾਰਾ ਦਿੱਤਾ, ਅਤੇ ਅਸੀਂ ਉਨ੍ਹਾਂ ਚਿਰ ਜਦ ਤੱਕ ਸਾਡੇ ਇਹ ਕਾਨੂੰਨ ਵਾਪਸ ਨਹੀਂ ਹੁੰਦੇ,
अज पूरे देश दे विच रेलां रोकण दा, सड़कां रोकण दा, किते भी देश दे विच अज कुछ भी नहीं चलण देवांगे। साडे नाल कल्ले असी नहीं, मजदूर भरा साडे नाल ने, मुलाजम साडे नाल ने, अज हर वर्ग व्यापारी वर्ग साडे नाल है। सारे व्यापारी वर्ग ने पोस्टरां पाईआं होईआं कि असी अज बंद रखांगे ते 11 बजे इत्थे पहुंचांगे साडे कोल स्टेशन। अज कल्ले रेलवे लाइन जाम कीती जाऊगी, सारी सड़कां भी बनाणी, सारीआं सड़कां जो ऑलरेडी हुण जाम ने, तुसीं जा के देख सकदे हो। साडे 7 पॉइंट ने बरनाले जिले च, 8 वलके 8 जाम ने, ते बाकी साडे नाल इक साडी तैर उगराहां ग्रुप है, भारतीय किसान जन उगराहां, उन्हां ने अपनी पद्धर ते जाम लाए हुए ने। पूरे बरनाले जिले दे विच हर थां जाम है, चक्का जाम है, कोई बस कोई गड्डी कोई चीज़ निकल नहीं रही। तो ईवन सिर्फ जरूरी सेवावां नूं छड्ड के, जिहड़े कोई एमरजेंसी है, कोई जन जा रही है, कोई पहला ही प्रोग्राम किया है, किसी बच्चे का शगन करन जा रहे हैं, जां कोई बीमार जा रहा है, जां वो दुकाना मेडिकल वाले असी छोड़ दी हुई है कि किसी भी बीमार नूं लोड़ पै सकती है। सो असी एमरजेंसी सेवावां तो सिवाए, जरूरी सेवावां तो सिवाए, किसी नूं भी अलाउ नहीं करांगे कि अपनी दुकान खोले। सारे स्कूल बंद ने, सारे बाकी बैंकों नूं कह दिता कि तुसीं बंद करो, हर चीज़ बंद करावांगे पूरे देश की। तो उन्हां चिर मोदी नूं दस देंगे, हुण 4 दिन होया लगातार मीटिंगां करदे फिरदे नूं, तो हुण उहनूं सुरत कित्थों आई कि पूरा देश बंद होगा। ये अज साडे व्यापारी भरावां ने सानूं कहा कि 2-3 दिन वास्ते करो, असीं उहनां नूं दस्सिया कि पहलां 4 घंटे का बंद किया, फिर असीं 6 घंटे का बंद किया, हुण 12 घंटे का बंद है 6 तो 6 तक। तो अगला बंद तुहाडे गल नूं फल भी लग सकदा, जे नहीं मंनदा तां असीं पूरे दिनों वास्ते, कुछ दिनों वास्ते किसी पूरा बंद कर सकते हैं। तुहाडे उन्हां दी हमायत सानू नाल है, ते असीं अपनियां मंगां, उन्हां दीआं मंगां, व्यापारी वर्ग जिन्ना तंग है उन्हों भी असीं नाल लवांगे, ते उन्हां दीआं मंगां भी विच लवांगे, असीं देश दीआं सारीआं मंगां मनावांगे, ते मोदी नूं हरा के रखांगे। धन्यवाद। असीं सवेरे 6 बजे तक जाम लाउणा सीगा, 6 बजे आपां जाम लाता सारीआं रेलां ते नाले सड़कां दे उत्ते, मुकम्मल साडा सारा प्रोग्राम सारे मुकम्मल ने, सारे ट्रालियां ट्रैक्टर सड़कों के उत्ते ला के 6 बजे नूं असीं जाम करता सारा कुछ। रोटियां टुकदे सानूं परवाह ही नहीं कोई है, पिंडां दे विच्चों लंगर वाधू आई जांदे ने, दुद्ध बाद वाधू आई जांदे ने, लंगरां दे विच सानूं कोई टोट नहीं है, आपो आप लोग खुश हो के लैके आउंदे ने, सानूं कहण दी लोड़ नहीं पैंदी। हरेक बंदे नूं इह गल दी आस इच्छा हैगी वी आपां इह कम करने नेगे। ਇਹ ਜਦੋਂ ਸਰਕਾਰ ਨੇ ਸਾਡੇ ਗੱਲ 'ਚ ਗੂਠਾ ਦੇ ਲਿਆ, ਹੁਣ ਇੱਦੂ ਬਾਅਦ ਹੋਰ ਕੀ ਅਸੀਂ ਕਰ ਸਕਾਂਗੇ? ਇੱਦੂ ਬਾਅਦ ਤਾਂ ਫਿਰ ਮਰਨ ਨੂੰ ਤਿਆਰ ਹੀ ਹੈ। ਜੇ ਆਪਾਂ ਹੁਣ ਵੀ ਇਹ ਅਸੀਂ ਨਹੀਂ ਕਰਾਂਗੇ ਸੰਘਰਸ਼, ਇਹ ਸੰਘਰਸ਼ ਸਾਨੂੰ ਕਰਨੇ ਪਏ ਨੇਗੇ, ਮੋਦੀ ਸਰਕਾਰ ਨੇ ਕਰਾਏ ਨੇ। ਜਦੋਂ ਸਾਡੀਆਂ ਜ਼ਮੀਨਾਂ ਖੋਰ 'ਤੇ ਤੁਲੇ ਹੋਏ ਨੇ, ਤਾਂ ਫਿਰ ਅਸੀਂ ਹੋਰ ਕਰੀ ਕਰਾਂਗੇ, ਗੱਡੀਆਂ ਦੀਆਂ ਲਾਈਨਾਂ 'ਤੇ ਬੈਠਾਂਗੇ, ਜਾਂ ਸੜਕਾਂ ਜਾਮ ਕਰਾਂਗੇ, ਜਾਂ ਬਾਜ਼ਾਰ ਕੁੱਲ ਡੈਰੀਆਂ। ਅਸੀਂ ਦੁੱਧ ਸਾਰੇ ਪਿੰਡਾਂ ਦੇ ਵਿੱਚ ਕਹਿਤਾ ਵੀ ਸਾਰਾ ਧਰਨਿਆਂ ਦੇ ਉੱਤੇ ਜਾਵੇ, ਕਿਸੇ ਨੇ ਡੈਰੀ 'ਚ ਦੁੱਧ ਨਹੀਂ ਪਾਉਣਾ, ਕਿਸੇ ਨੇ ਰੋਟੀ ਟੁੱਕ ਲੰਗਰ ਸਾਰੀਆਂ ਬੁੜੀਆਂ ਨੂੰ ਪਿੰਡਾਂ ਦੇ ਵਿੱਚ ਸਪੀਕਰਾਂ 'ਚ ਬੋਲਿਆ ਵੈ, ਜੇ ਉਹ ਕਹਿੰਦੇ ਵੀ ਜਿੰਨੇ ਮਰਜ਼ੀ ਬਰਸਾਦੇ, ਜਿੰਨੇ ਕਹੋਗੇ ਉਨੇ ਹੀ ਆਉਣਗੇ, ਕਿਸੇ ਚੀਜ਼ ਦੀ ਟੋਟ ਨਹੀਂ ਪੈਂਦੀ। ਇਹ ਅਸੀਂ ਜਿੰਨਾ ਚਿਰ ਇਹ ਜਿੱਤਦੇ ਨਹੀਂਗੇ, ਉਨਾ ਚਿਰ ਘੋਲ ਇਵੇਂ ਜ਼ਿਕਰੀ ਚੱਲਣਗੇ, ਜਿੰਨਾ ਟਾਈਮ ਮਰਜ਼ੀ ਲੱਗ ਜੇ ਸਾਨੂੰ, ਇਹ ਅਸੀਂ ਜਿੱਤ ਕੇ ਹਟਾਂਗੇ। ਉਨਾ ਚਿਰ ਨਾ ਦਿੱਲੀ 'ਚੋਂ ਉੱਠੀਏ, ਨਾ ਅਸੀਂ ਆਹ ਜਿਹੜੇ ਧਰਨੇ ਇੱਥੇ ਟੂਲ ਪਲੱਜਿਆਂ 'ਤੇ ਜਾਂ ਸੜਕਾਂ 'ਤੇ ਜਾਂ ਰੇਲਾਂ 'ਤੇ ਹੈ, ਜਿਉਂ ਤੇ ਤਿਉਂ ਚੱਲਣਗੇ, ਕੋਈ ਕਿਸੇ ਪਾਸਿਓਂ ਘਾਟ ਨਹੀਂ ਰਹਿਣ ਦੇਵਾਂਗੇ। ਇਹ ਕਿਸਾਨ ਸੰਯੁਕਤ ਮੋਰਚੇ ਵੱਲੋਂ 20-22 ਦਿਨ ਪਹਿਲਾਂ ਜਿਹੜਾ ਉਹ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ, ਪਹਿਲਾਂ ਅਸੀਂ ਕਦੇ 2 ਘੰਟੇ ਦਾ ਕਦੇ 4 ਘੰਟੇ ਦਾ ਜਿਹੜਾ ਉਹ ਭਾਰਤ ਬੰਦ ਆ ਉਹ ਕੀਤਾ, ਉਹ ਤੋਂ ਅਸੀਂ ਤਜਰਬੇ ਤੋਂ ਸਿੱਖਦੇ ਸਿੱਖਦੇ ਅੱਜ ਪੂਰਾ ਦਿਨ ਆ ਜਿਹੜਾ 6 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਪੂਰਾ ਭਾਰਤ ਆ ਜਿਹੜਾ ਉਹ ਬੰਦ ਕਰਨਾ ਹੈ। ਉਸੇ ਦੇ ਦਿਸ਼ਾ ਨਿਰਦੇਸ਼ਨਾਂ ਹੇਠ ਸਾਰਾ ਬਰਨਾਲਾ ਜਿਹੜਾ ਉਹ ਅੱਜ ਬੰਦ ਕੀਤਾ ਗਿਆ। ਇਸੇ ਤਰ੍ਹਾਂ ਜਿਹੜੀਆਂ ਰੇਲਵੇ ਲਾਈਨਾਂ ਆ, ਸਾਡੇ ਸਾਥੀ ਤੁਹਾਡੇ ਸਾਹਮਣੇ ਖੜ੍ਹੇ ਆ, ਜਿਨ੍ਹਾਂ ਨੇ ਰੇਲ ਆ ਜਿਹੜੀ 6 ਵਜੇ ਟ੍ਰੇਨ ਆਉਣੀ ਸੀ ਉਹ ਇੱਥੇ ਤਪੇ ਰੱਖਣ ਲਈ ਮਜਬੂਰ ਆ, ਜਿਹੜਾ ਇੱਥੋਂ ਦੇ ਸਰਕਾਰ ਨੂੰ ਕੀਤਾ ਗਾ। ਅਤੇ ਪੂਰਨ ਭਾਰਤ ਆ ਜਿਹੜਾ, ਕੱਲ੍ਹ ਅਸੀਂ ਬਾਜ਼ਾਰ ਦੇ ਵਿੱਚ ਵੀ ਸਾਰੇ ਗੇੜਾ ਦੇ ਕੇ ਆਏ ਹਾਂ, ਪੂਰਾ ਬਾਜ਼ਾਰ ਆ ਜਿਹੜਾ ਉਹ ਵੀ ਬੰਦ ਰਹੂਗਾ, ਅਤੇ ਗੱਡੀ ਵੀ ਕੋਈ ਨਹੀਂ ਚੱਲੇਗੀ, ਨਾ ਹੀ ਬੱਸਾਂ, ਕੋਈ ਟਰੱਕ ਵਗੈਰਾ, ਸਾਰਾ ਕੁਝ ਆ ਜਿਹੜਾ ਉਹ ਬੰਦ ਰੱਖਿਆ ਜਾਊਗਾ। ਗੱਲ ਕਰੀਏ ਅੱਜ ਬੰਦ ਦਾ ਲਾ ਕੀਤਾ ਗਿਆ, ਇਹ ਲੱਗਦਾ ਕਿ ਵਪਾਰੀ ਵੀ ਸਾਥ ਦੇਣਗੇ ਅੱਜ?
यह है कि देखो पिछले दिनों दे विच दिल्ली किसान संयुक्त मोर्चे नाल सारिया जथेबंदियां दियां आढ़ती एसोसीएशन व्यापार मंडल ट्रांसपोर्ट दा महकमा जिहड़ा वो सारिया की मीटिंग है जिहड़ी उत्थे दिल्ली सांझी हुई है। उन्होंने पूर्ण विश्वास दवाया कि असीं तुहाडा जिहड़ा समर्थन है फुल रूप दे विच करांगे। की नाम जी? हाँ जी, मैं गुरप्रीत रूड़ेके, मैं ट्रेड यूनियन एक्ट 2 का सूबा कमेटी मैंबर हाँ। गुरप्रीत जी, जो गल करिए अच्छ किसान जथेबंद ऐलान किया गया, सारे जथेबंद वालों की भारत बंद ऐलान किया गया, तो अज किस पद्धर से सारे जथेबंद समर्थन दे रही है? ये जी अज का जो सद्दा गा जिथे मतलब पंजाब दत्ती जथेबंद वालों भारत बंद सदा दिता गया, उत्थे जिहड़ियां देश भर दियां 10 ट्रेड यूनियन ने उन्होंने वालों भी इस घोल की अपना हमायत की गई है। क्योंकि सवाल इतने कला खेती कानून रद्द कराने का नहीं, सवाल यह है भी जिहड़े मतलब खास करके पंजाब दे विच नहीं पूरे देश दे विच करोड़ों की गिनती मजदूर वसदे ने, उन्हां दे किरत कानून भी खत्म किए गए हैं जो कि अज बहाल कराने की लड़ाई जारी है। और नाल ही जिहड़ी दिन पर दिन मोदी सरकार वल्लों महंगाई वधाई जा रही है जिहदे नाल आम लोग पिस रहे हैं। हुण जिद्दां मान लो पिछले दिनों में सिलेंडर आ जिहड़ा वो एकदम मतलब रेट आ जिहड़ा वो एकदम अप करता क्योंकि 950 रुपये नूं सिलेंडर मिलता है। सो लोगों फिर मतलब मुड़ डक्के चुकने लई मजबूर होना पै रहा है, इस करके महंगाई दिन पर दिन वध रही है और नाल किरत कानून खत्म किए गए हैं, रुजगार कोई दिता नहीं जा रहा। इसलिए जिथे मतलब खेती कानून रद्द कराने की लड़ाई चल रही है किसानों वालों, उत्थे असीं अज 10 ट्रेड यूनियन वालों मजदूरों के सवालों को लेकर इस घोल की हमायत करते हैं। और लाजमी है जेकर आने वाले समय से मोदी सरकार ने इस 3 कानून खत्म ना किए और मजदूरों के जिहड़े किरत कानून ने बहाल ना किए तो असीं 10 ट्रेड यूनियन वालों आने वाले समय से वड्डी लड़ाई का जिहड़ा वो ऐलान करांगे, क्योंकि जथेबंदियां लगातार ही इस घोल की हमायत च ने। और अज का जिहड़ा एक्शन हैगा जिदा मतलब 6 बजे तो लेकर शाम 6 बजे तक जिहड़ा प्रदर्शन किया जा रहा है और अपने बरनाले 7 थावां दे उपर जाम लगनगे और 7 थावां दे उपर मजदूर आ जिहड़े वो भरमी शमूलियत अज दे प्रोग्राम विच करनगे।